ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਦੇਵ ਪੰਤ, ਤੁਸੀਂ ਦੇਖ ਰਹੇ ਲਿਵਿੰਗ ਇੰਡੀਆ ਨਿਊਜ਼ ਚੈਨਲ। ਅਸੀਂ ਜੇ ਮੌਜੂਦ ਹਾਂ ਮੋਗਾ ਦੇ ਵਿੱਚ, ਮੋਗਾ ਦੇ ਵਿੱਚ ESS ਗਲੋਬਲ ਦਾ 8ਵਾਂ ਦੇ ਆਫਿਸ ਖੋਲ ਚੁੱਕਿਆ ਹੈ। ਕੀ ਸੁਵਿਧਾ ਮੋਗਾ ਵਾਸੀਆਂ ਨੂੰ ਮਿਲਣੀ ਹੈ? ਗੁਰਿੰਦਰ ਸਿੰਘ ਭੱਟੀ ਜਿਹੜੇ ਮੌਜੂਦ ਨੇ, ਗੱਲ ਕਰਦੇ ਹਾਂ ਉਹਨਾਂ ਦੇ ਇਸ ਬਾਰੇ ਕੀ ਕਹਿਣਾ। ਸਤਿ ਸ਼੍ਰੀ ਅਕਾਲ ਜੀ, ਅੱਜ 15 ਜੂਨ 2020 ਨੂੰ ਮੋਗਾ ਦਾ ਆਫਿਸ ਦੀ ਸ਼ੁਰੂਆਤ ਕਰ ਲਈ ਹੈ। ਇਹ ਪਹਿਲੇ ਮਾਰਚ ਵਿੱਚ ਕਰਨੀ ਸੀ, ਬਟ ਕਰੋਨਾ ਕਰਕੇ ਜਿਹੜਾ ਵਾ ਅਸੀਂ ਕਰ ਹੀ ਨਹੀਂ ਪਾਏ। 3 ਮਹੀਨੇ ਇਸ ਚੀਜ਼ ਨੂੰ ਡਿਲੇ ਕੀਤਾ ਗਿਆ। ਸੋ ਮੋਗਾ ਤੋਂ ਸਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਵਾ ਜਲੰਧਰ ਜਾਂ ਲੁਧਿਆਣਾ ਆਉਂਦੀਆਂ ਨੇ। ਐਂਡ ਮੋਗਾ ਵਾਲੇ ਦਾ ਪਹਿਲਾ ਰੁਝਾਨ ਜਿਹੜਾ ਪਹਿਲਾਂ ਪਹਿਲੇ ਜਿਹੜਾ ਕਹਿ ਲਓ ਕਿ ਪਸੰਦ ਜਿਹੜੀ ਆ ਉਹ ਕੈਨੇਡਾ ਮੰਨੀ ਜਾਂਦੀ ਹੈ, ਕਿ ਕੈਨੇਡਾ ਮੋਗਾ ਤੋਂ ਬਹੁਤ ਸਾਰੇ ਲੋਕ ਸਾਡੇ ਕੋਲੋਂ ਬਾਹਰ ਜਾਂਦੇ ਨੇ। ਅਸੀਂ ਪਿਛਲੇ ਕੰਮ ਕੀਤੇ ਜਾਣ ਜਿੱਥੇ ਜਿੱਥੇ ਸਾਡੀ ਪ੍ਰੈਜੈਂਸ ਨਹੀਂ ਹੈ, ਜਿੱਥੋਂ ਕਲਾਇੰਟ ਸਾਡੇ ਕੋਲ ਚੱਲ ਕੇ ਆਉਂਦਾ। ਐਂਡ ਕਰੋਨਾ ਕਰਕੇ ਜਿਹੜਾ ਵਾ ਅੱਜ ਅਸੀਂ ਆਪ ਹੀ ਕਹਿੰਦੇ ਹਾਂ ਕਿ ਵੀ ਟਰੈਵਲ ਅਵੋਇਡ ਕਰੋ, ਆਪਣੇ ਘਰੇ ਰਹੋ। ਸੋ ਆਨਲਾਈਨ ਪਲੇਟਫਾਰਮ ਸਾਰੇ ਵਾਸਤੇ ਸ਼ੁਰੂ ਕੀਤਾ ਹੋਇਆ www.essglobal.com। ਤੁਸੀਂ ਆਪਣੇ ਆਨਲਾਈਨ ਜਿਹੜਾ ਆਪਣੇ ਡਾਕੂਮੈਂਟਸ ਅਪਲੋਡ ਕਰ ਸਕਦੇ ਹੋ, ਆਪਣੀ ਐਡਮਿਸ਼ਨ ਦਾਖਲਾ ਆਨਲਾਈਨ ਲੈ ਸਕਦੇ ਹੋ। ਸਿਰਫ ਜ਼ਰੂਰੀ ਕਾਗਜ਼ ਦੇਣ ਵਾਸਤੇ ਤੁਸੀਂ ਆਪਣੇ ਸ਼ਹਿਰ ਵਾਲੇ ਆਫਿਸ, ਜਿਹੜਾ ਵੀ ਤੁਹਾਡੇ ਸ਼ਹਿਰ 'ਚ ਆਫਿਸ ਲੱਗਦਾ, ਉੱਥੇ ਸਿਰਫ ਜ਼ਰੂਰੀ ਕਾਗਜ਼ ਜਿਹੜੇ ਦੇਣੇ ਹੈ, ਤਦ ਹੀ ਘਰੋਂ ਨਿਕਲੋ। ਅਦਰਵਾਈਜ਼ ਸਾਰਿਆਂ ਨੂੰ ਮੇਰਾ ਇਹ ਮੈਸੇਜ ਹੈ, ਸਟੇ ਸੇਫ, ਸਟੇ ਹੈਲਦੀ, ਐਂਡ ਆਪਣਾ ਜਿੰਨਾ ਕਿਤੇ ਦੂਰੀ ਬਣਾ ਸਕਦੇ ਹੋ ਉਹਨਾਂ ਬਣਾ ਕੇ। ਭੱਟੀ ਸਾਹਿਬ, ਕੋਰੋਨਾ ਦੇ ਚੱਲਦੇ ਹੋਏ ਕਾਫੀ ਸੁਖਨ ਜਿਹੜੇ ਕਿ ਵਾਂਝੇ ਹੈਗੇ ਆ, ਬਾਹਰ ਜਾਣ ਦੀ ਕਾਫੀ ਦਿੱਕਤ ਆਈਆਂ, ਕੋਈ ਫਿਲਹਾਲ ਜਿਹੜੇ ਕੋਈ ਜ਼ਿੰਦਗੀ ਪੇਪਰ ਜਾਂ ਐਗਜ਼ਾਮ ਹੋਣੇ ਜਾਂ ਜਾਣਾ, ਉਹਦੇ ਕਿਸ ਤਰ੍ਹਾਂ ਦੀ ਸੁਵਿਧਾ ਦੇ ਰਹੇ ਹੋ ਉਹਨਾਂ ਦੀ? ਆਉਣ ਵਾਲਾ ਟਾਈਮ ਜਿਹੜਾ ਵਾ ਬਹੁਤ ਸਾਰਾ, ਦੇਖੋ ਜੀ, ਜਿਹਨਾਂ ਨੇ 2020 ਦੇ ਵਿੱਚ ਆਪਣਾ 12ਵੀਂ ਦੇ ਐਗਜ਼ਾਮ ਦੇਣੇ ਸੀ, ਉਹ ਸਟੂਡੈਂਟ ਵਾਸਤੇ ਤਾਂ ਇਹ ਸਾਲ ਖਰਾਬ ਹੀ ਹੋ ਗਿਆ। ਉਹ ਹੁਣ ਅਗਲੇ ਸਾਲ ਹੀ ਕਰ ਪਾਉਣਗੇ। ਅਗਲੇ ਸਾਲ ਵੀ ਮੈਂ ਕਹਾਂਗਾ ਜਨਵਰੀ 2021 ਦਾ ਇੰਟੇਕ ਨਹੀਂ, ਜਾਂ ਮਈ 2021 ਦਾ ਇੰਟੇਕ, ਜਾਂ ਸਪਟੈਂਬਰ 2021 ਦਾ ਇੰਟੇਕ। ਸੋ ਆਪਣੀ ਜ਼ਿੰਦਗੀ 'ਚ 1 ਸਾਲ ਉਹ ਪਿੱਛੇ ਆ ਚੁੱਕੇ ਹੋਏ ਨੇ। ਹੁਣ ਜਿਹੜੇ ਸਟੂਡੈਂਟ ਜਿਨ੍ਹਾਂ ਨੇ 2019-18 ਵਿੱਚ ਜਾਂ 19 ਦੇ ਵਿੱਚ ਆਪਣੀ 12ਵੀਂ ਜਾਂ ਗ੍ਰੈਜੂਏਸ਼ਨ ਕੀਤੀ ਹੈ, ਆਇਲਸ ਆਲਰੇਡੀ ਕੀਤੀ ਹੋਈ ਹੈ, ਸੋ ਉਹ ਸਟੂਡੈਂਟ 2020 ਦਾ ਜਿਹੜਾ ਅੱਗੇ ਸਪਟੈਂਬਰ ਇੰਟੇਕ UK ਸ਼ੁਰੂ ਕਰਨ ਲਈ ਜਾ ਰਿਹਾ ਹੈ, ਕਿ UK ਨੇ ਇੱਥੋਂ ਦੇ ਵਿੱਚ ਕਹਿ ਦਿੱਤਾ ਵੀ ਕਿ ਜੇਕਰ ਫਲਾਈਟਸ ਨਹੀਂ ਵੀ ਚੱਲਣਗੀਆਂ, ਅਸੀਂ ਚਾਰਟਰ ਫਲਾਈਟਸ ਚਲਾਵਾਂਗੇ, ਐਂਡ ਇੰਟਰਨੈਸ਼ਨਲ ਸਟੂਡੈਂਟ ਨੂੰ ਆਪਣੇ ਇੱਥੇ ਕੰਟਰੀ ਸਪਟੈਂਬਰ ਇੰਟੇਕ ਜ਼ਰੂਰ ਸ਼ੁਰੂ ਕਰਾਂਗੇ। ਕਿਉਂਕਿ ਬੱਚਿਆਂ ਦੀ ਜਿਹੜੀ ਪੜ੍ਹਾਈ ਆ, ਜਾਂ ਕਿ ਉਹ ਜੇ ਸਾਲ ਖਰਾਬ ਹੋਇਆ, ਖਰਾਬ ਨਹੀਂ ਹੋਏਗਾ ਨਾ ਅਗਲੇ ਸਾਲ। 2019 ਪਾਸ ਆਊਟ ਸਟੂਡੈਂਟ ਵਾਲੇ 2020 'ਚ ਜਾ ਪਾਣਗੇ, ਜਿਨ੍ਹਾਂ ਨੇ 2020 'ਚ ਅਜੇ 12ਵੀਂ ਦੇ ਪੇਪਰ ਦੇਣੇ ਸੀ, ਕਿਉਂਕਿ ਸਾਡੀਆਂ ਸਰਕਾਰਾਂ ਵੱਲੋਂ 12ਵੀਂ ਦੇ ਪੇਪਰ ਨਹੀਂ ਦਵਾਏ ਗਏ। ਸੋ ਜਦ ਤੱਕ ਉਹ ਪੇਪਰ ਨਹੀਂ ਦਿੱਤੇ ਜਾਣਗੇ, ਤਦ ਤੱਕ ਉਹ ਨਹੀਂ ਜਾ ਪਾਣਗੇ। ਕੀ ਮੈਸੇਜ ਚਾਹੁੰਦੇ ਹੋ ਮੋਗਾ ਵਾਸੀਆਂ ਨੂੰ, ਕਿਸ ਤਰ੍ਹਾਂ ਦਾ ਦਿੱਕਤਾਂ ਸਾਹਮਣਾ ਨਾ ਕਰਨਾ ਪਵੇ? ਸਿਰਫ ਇਹੀ ਮੈਂ ਮੋਗਾ ਵਾਲਿਆਂ ਨੂੰ ਦੇਣਾ ਚਾਹਾਂਗਾ, ਮੈਸੇਜ ਦੇਣਾ ਚਾਹਾਂਗਾ ਕਿ ਮੋਗਾ ਦੇ ਵਿੱਚ ਕਾਫੀ ਸਾਰੇ ਸਾਡੇ ਕੋਲ ਇਹ ਕੇਸਿਸ ਉੱਥੇ ਆਉਂਦੇ ਨੇ ਜਲੰਧਰ ਦੇ ਵਿੱਚ ਜਾਂ ਲੁਧਿਆਣੇ, ਕਿ ਜੀ ਸਾਡਾ GIC ਫਰੋਡ ਦਾਤਾ, ਸਾਡੇ ਬੈਨ ਲੱਗ ਗਿਆ, ਸਾਡੇ ਪੈਸੇ ਖਰਾਬ ਹੋ ਗਏ, ਸਾਨੂੰ ਫੰਡਾਂ ਦੇ ਨਾਮ ਦੇ ਉੱਤੇ ਝਾੜ ਦਿੱਤਾ ਗਿਆ। ਸੋ ਕਿਸੇ ਵੀ ਬੰਦੇ ਨੂੰ 1 ਚਵੰਨੀ ਵੀ ਆਪਣੀ ਜੇਬ 'ਚੋਂ ਪਹਿਲੇ ਕੱਢ ਕੇ ਨਾ ਦਿਓ, ਉਸ ਦਿਨ ਪੈਸੇ ਦਿਓ ਜਿਸ ਦਿਨ ਵੀਜ਼ਾ ਲੱਗਦਾ। ਬਿਲਕੁਲ ਜੀ, ਸਾਡੇ ਨਾਲ ਮੌਜੂਦ ਸੀ ਗੁਰਵਿੰਦਰ ਸਿੰਘ ਭੱਟੀ, ਉਹਨਾਂ ਦੱਸਿਆ ਬਹੁਤ ਵਧੀਆ ਤਰੀਕੇ ਨਾਲ ਕਿ ਜੇ ਸਟੂਡੈਂਟ ਦਾ ਆਪਣਾ ਵੀਜ਼ਾ ਸਹੀ ਤਰੀਕੇ ਲਗਾਉਂਦੇ ਆ, ਕੋਈ ਫਰੋਡ ਵੀ ਬਿਲਕੁਲ ਵਧੀਆ ਕੰਮ ਕੀਤਾ ਜਾਊਗਾ, ਕਿਤੇ ਨਾ ਕਿਤੇ ਕਾਫੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਮੋਗਾ ਵਾਸੀਆਂ ਨੂੰ ESS ਗਲੋਬਲ ਵੱਲੋਂ। ਗੁਰਦੇਵ ਪੰਤ, ਲਿਵਿੰਗ ਇੰਡੀਆ ਨਿਊਜ਼, ਮੋਗਾ।